ਵੈਲਕਮ ਬੈਕ ਟੂ ਮਾਈ ਨਿਊ ਬਲੌਗ। ਅੱਜ ਦਾ ਬਲੌਗ ਅਸੀਂ ਸੰਤ ਖੁਆਨ ਦੇਸਪੀ ਜੋ ਕਿ ਬਾਰਸਲੋਨਾ ਦੀ ਸੋ ਬਿਊਟੀਫੁੱਲ ਵਿਲੇਜ ਤੋਂ ਸ਼ੁਰੂ ਕਰਨ ਜਾ ਰਹੇ ਹਾਂ। ਅਤੇ ਆਪਾਂ ਪਹਿਲਾਂ ਵੀ ਬਲੌਗ ਇਸ ਵਿਲੇਜ 'ਤੇ ਬਣਾਇਆ ਅਤੇ ਜਿਹਦਾ ਕਿ ਨੈਕਸਟ ਪਾਰਟ ਹੁਣ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ, ਕਿਉਂਕਿ ਇੱਕ ਬਲੌਗ ਦੇ ਵਿੱਚ ਸਾਰਾ ਕੁਛ ਐਕਸਪਲੋਰ ਨਹੀਂ ਹੋਣਾ ਜੋ ਕਿ ਬਹੁਤ ਕੁਛ ਇਸ ਪਿੰਡ ਦੇ ਵਿੱਚ ਦੇਖਣ ਵਾਲਾ ਹੈ। ਸੋ ਗਾਈਜ਼ ਸ਼ੁਰੂ ਕਰਦੇ ਹਾਂ ਆਪਣੀ ਇਹ ਜਰਨੀ, ਸੋ ਬਣੇ ਰਹੋ ਮੇਰੇ ਇਸ ਬਲੌਗ ਦੇ ਨਾਲ। ਸੋ ਗਾਈ ਜੋ ਕਿ ਇਸ ਵਿਲੇਜ ਦੀਆਂ ਬਿਊਟੀਫੁੱਲ ਹਾਊਸ ਅਪਾਰਟਮੈਂਟ ਦੇਖਣੇ ਲਾਇਕ ਆ, ਅਤੇ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਇਸ ਬਲੌਗ ਨੂੰ। ਅਤੇ ਜੋ ਕਿ ਇਹਦੇ ਵਿੱਚ ਤੁਹਾਨੂੰ ਜੋ ਕਿ ਫਸਟ ਬਲੌਗ ਦੇ ਵਿੱਚ ਆਪਣਾ ਏਰੀਆ ਐਕਸਪਲੋਰ ਕਰਨ ਵਾਲਾ ਰਹਿ ਗਿਆ ਸੀ ਉਹ ਸ਼ੂਟ ਕਰਦੇ ਹਾਂ। ਸੋ ਇਹ ਆ ਗਾਈਜ਼ ਇੱਕ ਬਹੁਤ ਵੱਡੀ ਪਾਰਕ, ਅਤੇ ਇਹਦੀ ਇਸ ਸਾਈਡ ਆ ਅਪਾਰਟਮੈਂਟ। ਸੋ ਅੱਗੇ ਜਾ ਕੇ ਮਤਲਬ ਪਹਾੜ ਆ, ਦੇਖੋ ਗਾਈਜ਼ ਦਿਓਸ ਅਤੇ ਬਿਊਟੀਫੁੱਲ ਹਾਊਸ ਪੀਸੋ। ਸੋ ਇੱਧਰ ਪਹਿਲਾਂ ਤੁਹਾਨੂੰ ਦਿਖਾਵਾਂਗੇ ਪਾਰਕ। ਪਹਿਲਾਂ ਮੌਸਮ ਥੋੜ੍ਹਾ ਟੈਂਪਰੇਚਰ ਜ਼ਿਆਦਾ ਸੀ, ਗਰਮੀ ਵਾਲਾ ਸੀ, ਹੁਣ ਹਵਾ ਚੱਲਣ ਲੱਗ ਪਈ ਆ। ਸੋ ਆਪਾਂ ਨੂੰ ਵੀ ਸ਼ੂਟ ਕਰਨ ਲਈ ਵਧੀਆ ਫਾਇਦਾ ਆ। ਇੱਧਰ ਪਾਰਕ ਆ ਜੋ ਕਿ ਨੋਰਮਲ ਹੁੰਦੀਆਂ ਹੀ ਆ, ਕੋਈ ਐਡੀ ਖਾਸ ਗੱਲ ਨਹੀਂ, ਸਿਰਫ ਆਪਾਂ ਜੋ ਵੀ ਆਪਾਂ ਨੂੰ ਐਕਸਪਲੋਰ ਕਰਨ ਲਈ ਮਿਲਦਾ, ਜੋ ਆਪਾਂ ਐਕਸਪਲੋਰ ਕਰਨਾ ਉਹਦੇ ਨਾਲ ਕੋਈ ਵੀ ਆਪਾਂ ਨੂੰ ਸ਼ੂਟ ਕਰਨ ਲਈ ਹੋਰ ਚੀਜ਼ ਆ ਉਹ ਵੀ ਆਪਾਂ ਸ਼ੂਟ ਕਰਨੀ ਆ, ਇਸ ਕਰਕੇ ਪਾਰਕ ਦਾ ਵੀ ਵਿੱਚ ਆਪਾਂ ਏਰੀਆ ਲੈ ਲਿਆ। ਸੋ ਇਹ ਇਸ ਤਰ੍ਹਾਂ ਆਪਣੀ ਇਹ ਪੂਰੀ ਵਿਲੇਜ ਕਵਰ ਹੋ ਜਾਊਗੀ ਬਾਸਕਟਬਾਲ। ਦੇਖੋ ਕਿੰਨੀ ਵਧੀਆ ਬਣੀ ਹੋਈ ਹੈ ਇਹ ਤੁਰਨ ਵਾਸਤੇ। ਇੱਧਰ ਮੋਸਟ ਬਿਊਟੀਫੁੱਲ ਅਪਾਰਟਮੈਂਟ, ਇੱਧਰ ਡਸਟਬੀਨ ਲੱਗੇ ਹੋਏ ਆ। ਵਾਓ ਗੋਡ, ਇੱਧਰ ਦੇਖੋ
ਮੋਂਟਰੇਸ ਮੁਲਤਾਨੀਆ। ਹੁਣ ਇਸ ਪਿੰਡ ਦਾ ਕੁਛ ਲੜ ਸਿਰਾ ਮੇਰੇ ਹੱਥ ਆਇਆ ਹੈ। ਪਹਿਲਾਂ ਤਾਂ ਸੈਂਟਰ ਵਿੱਚ ਘੁੰਮਦੇ ਸੀ। ਅੱਜ ਡੇ ਆਫ ਕਰਨ ਮੌਕਾ ਮਿਲਿਆ ਇੱਥੇ ਆਉਣ ਦਾ, ਕਿਉਂਕਿ ਛੁੱਟੀ ਵਾਲੇ ਦਿਨ ਹੀ ਆਪਾਂ ਘੁੰਮ ਸਕਦੇ ਹਾਂ। ਕੰਮ ਤੋਂ ਛੁੱਟੀ ਸੀ ਅਤੇ ਇਸ ਕਰਕੇ ਆਪਾਂ ਵਲੌਗਿੰਗ ਸ਼ੂਟ ਕਰਨ ਆਏ ਹਾਂ। ਜੇ ਜਿੰਨਾ ਆਪਾਂ ਵਧੀਆ ਬਾਹਰ ਜਾਈਏ ਆਪਾਂ ਨੂੰ ਉਨੇ ਨੌਲੇਜ ਆਉਂਦੀ ਆ। ਆਪਾਂ ਇੱਕ ਥਾਂ 'ਤੇ ਰਹਿੰਦੇ ਹਾਂ ਅਤੇ ਕਹਿ ਦਿੰਦੇ ਹਾਂ ਇੱਥੇ ਕੁਛ ਨਹੀਂ, ਉਹ ਕੰਟਰੀ 'ਚ ਇੱਦਾਂ, ਜੇ ਕੰਟਰੀ 'ਚ ਇੱਦਾਂ, ਪਰ ਜੇ ਆਪਾਂ ਦੇਖੀਏ ਤਾਂ ਬਹੁਤ ਕੁਛ ਦੇਖਣ ਲਾਇਕ, ਬਹੁਤ ਬਿਊਟੀਫੁੱਲ ਪਲੇਸ ਹਰ ਕੰਟਰੀ 'ਚ ਆਪਾਂ ਨੂੰ ਮਿਲ ਜਾਂਦੇ ਆ। ਬਸ ਦੇਖਣ ਵਾਲੀ ਅੱਖ ਚਾਹੀਦੀ ਆ। ਇੱਧਰ ਦੇਖੋ ਗਾਈਸ, ਇਹ ਆ ਹੋਟਲ। ਇਸ ਪਿੰਡ ਵਿੱਚ ਹੋਟਲ ਵੀ ਆ, ਦੇਖੋ। ਜ਼ਰੂਰ ਇੱਥੇ ਟੂਰਿਸਟ ਆਉਂਦੇ ਕਰਕੇ ਇਸੇ ਕਰਕੇ ਹੋਟਲ ਆ ਇੱਥੇ, ਬਾਰਸਲੋਨਾ ਗੇਟ ਹੋਟਲ। ਬਿਊਟੀਫੁੱਲ ਵਾਕਈ ਇਸ ਪਲੇਸ ਟੂਰਿਸਟ ਦਾ। ਕਾਫੀ ਸਾਫ ਏਰੀਆ ਹੈ। ਵਾਹ, ਡਸਟਬੀਨ ਫੇਰ ਆ ਗਏ ਆ। ਇੱਧਰ ਵੀ ਕਾਫੀ ਵਧੀਆ ਏਰੀਆ। ਸੋ ਗਾਈਜ਼, ਅੱਗੇ ਜਾ ਕੇ ਆ ਸੁਪਰ ਮਾਰਕੀਟ ਦੀ ਆ, ਜੋ ਕਿ ਤੁਹਾਨੂੰ ਇਹਦਾ ਫਰੰਟ ਤੋਂ ਦਿਖਾਉਂਦੇ ਹਾਂ ਵਿਊ।
ਹੁੰਦੀ ਆ। ਵੱਡੀ ਆ ਵੀ so beautiful। so beautiful apartment house। ਸਾਹਮਣੇ ਜਾ ਕੇ ਆ ਐਸ ਡੀ ਪੈਟ੍ਰਿਕਸ ਇੰਟਰਨੈਸ਼ਨਲ ਸਕੂਲ। ਇੱਧਰ ਗੱਡੀਆਂ ਦੀ ਪਾਰਕਿੰਗ ਮੋਸਟਲੀ ਰੋਡ ਦੇ ਉੱਪਰ ਹੁੰਦੀ ਜ਼ਿਆਦਾਤਰ, ਵੈਸੇ ਅੰਡਰਗਰਾਊਂਡ ਵੀ ਹੈ ਉਹਦਾ ਮੋਸਟਲੀ ਜ਼ਿਆਦਾਤਰ ਰੋਡ ਦੇ ਉੱਤੇ। ਸਕੂਲ ਸਕੂਲ ਦੀ ਇਮਾਰਤ ਹੈ ਸਾਰੀ। ਸੋ ਗਾਈਸ ਆ ਵੀ ਦੇਖੋ ਘਰ, ਵਾਓ। ਇੱਧਰੋਂ ਆਏ ਸਕੂਲ ਦਾ ਐਂਟਰੀ ਡੋਰ, ਇੱਧਰ ਵੀ ਹੈ ਉੱਧਰ ਵੀ ਹੈ ਦੋਨੇ ਸਾਈਡਾਂ। ਸ਼ਾਇਦ ਇਹ ਵੀ ਇਮਾਰਤ ਸਕੂਲ ਦੀ ਹੈ ਸਾਰੀ।
ਵੈਸੇ ਇਹ ਆਪਾਂ ਨੈਕਸਟ ਪਾਰਟ ਬਲੌਗ ਦਾ ਇਸ ਲਈ ਬਣਾਇਆ ਸੀਗਾ, ਆਪਾਂ ਸਾਰੀ ਇਸ ਵਿਲੇਜ ਨੂੰ ਕਵਰ ਕਰ ਲਈਏ। ਸੋ ਦਿਸ ਦੇਖੋ ਗਾਇਸ, ਓ ਵਾਓ, ਸੋ ਗਾਈਜ਼ ਓਵਰਆਲ ਆਲ ਵਿਲੇਜ ਸੋ ਬਿਊਟੀਫੁਲ, ਸਾਰਾ ਹੀ ਪਿੰਡ ਬਹੁਤ ਸੋਹਣਾ ਹੈ। ਸੋ ਆਪਾਂ ਹੁਣ ਆ ਗਏ ਹਾਂ ਟਰਾਮ ਦੇ ਸਟੋਪ 'ਤੇ, ਇੱਥੋਂ ਆਪਾਂ ਟਰਾਮ ਫੜ ਕੇ ਜਾਵਾਂਗੇ ਹੁਣ ਵਾਪਸ ਘਰ। ਸੋ ਬਹੁਤ ਮਜ਼ਾ ਆਇਆ ਇਸ ਵਿਲੇਜ ਨੂੰ ਸ਼ੂਟ ਕਰਨ ਦਾ। ਸੋ ਬਹੁਤ ਜਲਦੀ ਤੁਹਾਨੂੰ ਨੈਕਸਟ ਬਲੌਗ ਵਿੱਚ ਮਿਲਾਂਗੇ। ਸੋ ਬਲੌਗ ਨੂੰ, ਇਸ ਵੀਡੀਓ ਨੂੰ ਦੇਖਣ ਲਈ, ਆਪਣਾ ਕੀਮਤੀ ਟਾਈਮ ਦੇਣ ਲਈ ਥੈਂਕ ਯੂ ਵੈਰੀ ਮੱਚ। ਸੋ ਇਹ ਟਰੈਕ ਟਰਾਮ ਦੇ, ਹੁਣ ਆਪਾਂ ਦੇਖਦੇ ਹਾਂ ਕਿਹੜੀ ਟਰਾਮ ਆਪਣੇ ਘਰ ਤੱਕ ਜਾਂਦੀ ਹੈ, ਆਪਣੇ ਡੈਸਟੀਨੇਸ਼ਨ। ਸੋ ਥੈਂਕ ਯੂ ਵੈਰੀ ਮੱਚ ਗਾਈਜ਼, ਮਿਲਦੇ ਹਾਂ ਨੈਕਸਟ ਵਲੌਗ ਵਿੱਚ। ਸੋ ਥੈਂਕ ਯੂ।